ਦਾੜੀ ਮੈਂ ਇੱਥੇ ਬੇਰ ਲਾਉਣ ਨੂੰ ਰੱਖੀ ਹੁੰਦੀ ਹੈ, ਇਹਨੂੰ ਫਰੂਟ ਲੱਗਣਾ। ਫਲਾਈਟ ਅਟੈਂਡੈਂਟ ਵਾਸਤੇ ਕਿੰਨੀ ਪੜ੍ਹਾਈ ਚਾਹੀਦੀ ਹੁੰਦੀ ਹੈ? ਉਹਦੇ ਲਈ ਮੈਂ ਇੱਕ ਵਾਰੀ ਕੋਸ਼ਿਸ਼ ਵੀ ਕੀਤੀ ਸੀ, ਉਹ ਕਹਿੰਦੇ ਸੀ ਮਤਲਬ 12ਵੀਂ ਪਾਸ ਹੋ ਜਾਓ। 12ਵੀਂ? ਉਹ ਤੋਂ ਵੀ ਥੱਲੇ ਵਾਲਾ ਕੰਮ ਹੈਗਾ ਇੱਕ। ਕਿਹੜਾ? ਐਕਟਿੰਗ। ਇੱਕ ਹੋਰ ਬੈਠਾ ਆਪਣੇ ਕੋਲ 10ਵੀਂ ਫੇਲ, ਉਹ ਅੰਮ੍ਰਿਤ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਤਕਦੀਰ ਮੀਡੀਆ। 30 ਅਗਸਤ ਨੂੰ ਮੂਵੀ ਆ ਰਹੀ ਹੈ ਬੀਬੀ ਰਜਨੀ। ਮੂਵੀ ਦੀ ਸਟਾਰਕਾ ਸਾਡੇ ਨਾਲ ਮੌਜੂਦ ਨੇ ਜਰਨੈਲ ਸਰ ਅਤੇ ਰੂਪੀ ਮੈਮ, ਇਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਮੂਵੀ ਬਾਰੇ ਜਾਣਦੇ ਹਾਂ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਤੁਹਾਡੇ ਤੋਂ ਸ਼ੁਰੂ ਕਰੂੰਗੀ। ਮੂਵੀ ਦੇ ਵਿੱਚ ਤੁਹਾਡਾ ਕੀ ਕਿਰਦਾਰ ਹੈ? ਮੇਰਾ ਇੱਕ ਬੜਾ ਸਿੰਪਲ ਜਿਹਾ ਕਿਰਦਾਰ ਆ, ਜਿਹੜਾ ਇਕਾਂਤ 'ਚ ਰਹਿਣ ਵਾਲਾ ਇੱਕ ਬੰਦਾ ਆ ਅਤੇ ਆਉਂਦੇ ਜਾਂਦੇ ਰਾਹੀਆਂ ਨੂੰ ਰਾਹ ਪਾਉਂਦਾ, ਉੱਦਾਂ ਦਾ ਕਰੈਕਟਰ। ਮੈਮ, ਤੁਹਾਨੂੰ ਬੀਬੀ ਰਜਨੀ ਬਣ ਕੇ ਕਿਵੇਂ ਲੱਗਿਆ? ਕੈਰੈਕਟਰ ਕਰਕੇ ਬਹੁਤ ਵਧੀਆ ਲੱਗਿਆ ਜੀ, ਥੋੜ੍ਹਾ ਜਿਹਾ ਚੈਲੇਂਜਿੰਗ ਸੀਗਾ। ਮਤਲਬ ਜੋ ਐਕਚੁਅਲ 'ਚ ਉਹ ਸੀਗੇ ਉਹ ਤਾਂ ਚਲੋ ਅਸੀਂ ਕਦੇ ਵੀ ਬਣ ਨਹੀਂ ਸਕਦੇ, ਬਟ ਹਾਂਜੀ ਥੋੜ੍ਹਾ ਜਿਹਾ ਚੈਲੇਂਜਿੰਗ, ਪਰ ਇੱਕ ਰਿਸਪੋਂਸੀਬਿਲਟੀ ਜ਼ਰੂਰ ਲੱਗੀ, ਉਹ ਹੁਣ ਵੀ ਲੱਗ ਰਹੀ ਹੈ ਅਤੇ ਕੋਸ਼ਿਸ਼ ਕੀਤੀ ਹੈ ਕਿ ਜੀ ਜਿੰਨਾ ਹੋ ਸਕੇ ਵਧੀਆ ਨਿਭਾਈਏ। ਇਤਿਹਾਸਿਕ ਮੂਵੀਜ਼ ਵੈਸੇ ਵੀ ਬਹੁਤ ਘੱਟ ਬਣਦੀਆਂ ਨੇ ਮਸਤਾਨੇ ਤੋਂ ਬਾਅਦ, ਮੇ ਬੀ ਹੁਣ ਬੀਬੀ ਰਜਨੀ ਆ ਰਹੀ ਹੈ। ਐਂਟਰਟੇਨਮੈਂਟ ਮੂਵੀਜ਼ ਹੁੰਦੀਆਂ ਨੇ, ਉਦੋਂ ਸੈੱਟ 'ਤੇ ਮਾਹੌਲ ਵੀ ਐਂਟਰਟੇਨਿੰਗ ਲਾ ਲਓ, ਮਜ਼ਾਕ ਇੱਦਾਂ ਲਾ ਲਓ, ਹੈ ਨਾ। ਜਦੋਂ ਸੀਰੀਅਸ ਮੂਵੀਜ਼ ਹੁੰਦੀਆਂ ਨੇ, ਜਿਵੇਂ ਇੱਕ ਇਤਿਹਾਸਿਕ ਸੀਰੀਅਸ ਮੂਵੀ ਹੈ, ਉਦੋਂ ਸੈੱਟ 'ਤੇ ਮਾਹੌਲ ਕਿਵੇਂ ਦਾ ਹੁੰਦਾ ਸਰ, ਤੁਸੀਂ ਥੋੜ੍ਹਾ? ਦੇਖੋ, ਮਾਹੌਲ ਤਾਂ ਆਫ ਸਕਰੀਨ ਉੱਦਾਂ ਹੀ ਰਹਿੰਦਾ ਜਿੱਦਾਂ ਬਾਕੀ ਫਿਲਮਾਂ 'ਚ ਹੁੰਦਾ, ਹੈ ਨਾ। ਪਰ ਜਦੋਂ ਕੈਮਰੇ ਦੇ ਅੱਗੇ ਆਈਦਾ ਉਦੋਂ ਉਸ ਕਰੈਕਟਰ ਦੇ ਵਿੱਚ ਢਲਣਾ ਪੈਂਦਾ, ਬਟ ਬਾਕੀ ਤਾਂ ਸਾਰਾ ਸੈਕਟਰ ਸੇਮ ਹੀ ਹੁੰਦਾ, ਉਹੀ ਵੈਨਿਟੀ ਵੈਨ, ਉਹੀ ਫੂਡ ਵਾਲਾ ਟਰੱਕ, ਉਹੀ ਸਾਰਾ ਕੋਈ ਕਰਿਊ ਉੱਦਾਂ ਹੀ ਹੁੰਦਾ। ਗੱਲਾਂ ਤਾਂ ਦੁਨਿਆਵੀ ਹੀ ਹੁੰਦੀਆਂ ਨੇ, ਬਟ ਜਦੋਂ ਕੈਮਰੇ ਦੇ ਸਾਹਮਣੇ ਚਲੇ ਜਾਂਦੇ ਸਾਰੇ ਆਰਟਿਸਟ ਹੋਣ ਜਾਂ ਜੋ ਵੀ ਪਾਰਟੀਸਪੈਂਟ ਨੇ ਉਹਦੇ ਵਿੱਚ, ਤਾਂ ਫਿਰ ਉਸ ਕਰੈਕਟਰ ਦੇ ਵਿੱਚ ਜਾਣਾ ਹੀ ਪੈਂਦਾ। ਮੈਮ, ਸੈੱਟ 'ਤੇ ਇੱਦਾਂ ਦਾ ਕੁਛ ਹੋਇਆ ਹੋਵੇ ਜੋ ਤੁਸੀਂ ਕਦੀ ਨਹੀਂ ਭੁੱਲ ਸਕਦੇ, ਇੱਦਾਂ ਦਾ ਕੁਛ ਮਤਲਬ ਜੋ ਤੁਹਾਡੀ ਦਿਲ ਛੂਹਣ ਵਾਲੀ ਕੋਈ ਚੀਜ਼ ਹੋ ਜਾਂਦੀ ਹੈ, ਇੱਦਾਂ ਕੁਛ ਹੋਇਆ? ਮੈਨੂੰ ਲੱਗਦਾ ਜੀ ਸਾਰੀ ਫਿਲਮ ਹੀ ਨਹੀਂ, ਆਈ ਥਿੰਕ ਕਿਸੇ ਨੂੰ ਵੀ ਭੁੱਲ ਸਕਦੀ ਹੈ, ਨਹੀਂ ਕੋਈ ਨਾ। ਆਈ ਥਿੰਕ ਜਿਹੜੀ ਇਹ ਸਾਰੀ ਫਿਲਮ ਹੈ ਇਹ ਸਾਨੂੰ ਕਦੇ ਨਹੀਂ ਭੁੱਲੂਗੀ, ਸਟਾਰਟ ਤੋਂ ਲੈ ਕੇ ਐਂਡ ਤੱਕ, ਨਰੇਸ਼ਨ ਤੋਂ ਲੈ ਕੇ ਸੱਚੀ ਡਬਿੰਗ ਤੱਕ, ਕਿਉਂਕਿ ਬਹੁਤ ਅਲੱਗ ਫਿਲਮ ਆ, ਮੈਂ ਇੱਦਾਂ ਦੀ ਫਿਲਮ ਕਦੇ ਕੀਤੀ ਵੀ ਨਹੀਂ ਗੀ, ਅਤੇ ਕੋਈ ਇੱਦਾਂ ਦਾ ਪਰਟੀਕੁਲਰ ਮੂਮੈਂਟ ਤਾਂ ਨਹੀਂ ਸੀਗਾ, ਪਰ ਹਾਂਜੀ ਕਈ ਸੀਨ ਨੇ ਜਿਹੜੇ ਮਤਲਬ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਸੱਚੀ ਇੱਦਾਂ ਹੋਇਆ ਸੀਗਾ, ਸੋ ਇੱਦਾਂ ਜ਼ਰੂਰ ਹੋਇਆ ਜੀ, ਕਿ ਹੈਰਾਨਗੀ ਜ਼ਰੂਰ ਹੁੰਦੀ ਸੀ ਬਹੁਤ ਵਾਰੀ। ਹਾਂਜੀ ਸਰ, ਜਿਵੇਂ ਇੱਕ ਇਹ ਮੂਵੀ ਇਤਿਹਾਸ ਬੱਚਿਆਂ ਨੂੰ ਵੀ ਦੇਖੇ, ਮਤਲਬ ਬੱਚੇ ਜੋ ਚੀਜ਼ ਰਿਲੇਟ ਕਰ ਪਾਉਣਗੇ, ਕਿਉਂਕਿ ਬੱਚਿਆਂ ਨੇ ਇਹ ਕਹਾਣੀ ਸੁਣੀ ਹੋਈ ਹੈ ਕਿਤੇ ਨਾ ਕਿਤੇ, ਮੈਂ ਤੁਸੀਂ ਵੀ ਸੁਣੀ ਹੋਣੀ ਕਿ ਇੱਦਾਂ ਕਿ ਇੱਕ ਕਾਂ ਚਿੱਟਾ ਹੋ ਕੇ ਨਿਕਲਦਾ ਸੀ, ਅਤੇ ਹੁਣ ਅੱਗੇ ਜਾ ਕੇ ਜੋ ਅੱਗੇ ਵਾਲੀ ਜਨਰੇਸ਼ਨ ਆਏਗੀ ਉਹ ਵੀ ਇਹ ਚੀਜ਼ਾਂ ਸੁਣੇਗੀ, ਅਤੇ ਉਹ ਤੁਹਾਨੂੰ ਦੇਖੇਗੀ, ਰੂਪੀ ਮੈਮ ਨੂੰ ਦੇਖੇਗੀ ਐਜ਼ ਬੀਬੀ ਰਜਨੀ, ਹੈ ਨਾ। ਅਤੇ ਉਦੋਂ ਕਿੱਦਾਂ ਦਾ ਫੀਲ ਹੋਏਗਾ ਕਿ ਅਸੀਂ ਉਸ ਮੂਵੀ ਦਾ ਪਾਰਟ ਸੀਗੇ? ਮੈਨੂੰ ਲੱਗਦਾ ਆਈ ਥਿੰਕ ਹੁਣ ਵੀ ਸਾਨੂੰ ਬਹੁਤ ਵਧੀਆ ਲੱਗ ਰਿਹਾ, ਸਾਡੇ ਲਈ ਮਾਣ ਵਾਲੀ ਗੱਲ ਹੈ ਜੀ, ਅਸੀਂ ਇਸ ਫਿਲਮ ਦਾ ਹਿੱਸਾ ਹਾਂ। ਇਸ ਤੋਂ ਪਹਿਲਾਂ ਵੀ ਇੱਕ ਫਿਲਮ ਆਈ ਆ ਦੁੱਖ ਭੰਜਨ ਤੇਰਾ ਨਾਮ, ਉਹ ਮੈਂ ਦੇਖੀ ਆ, ਸਰ ਨੇ ਵੀ ਦੇਖੀ ਆ, ਅਸੀਂ ਸਾਰਿਆਂ ਨੇ, ਅਤੇ ਉਹ ਵੀ ਮਤਲਬ ਦੇਖ ਕੇ ਅਸੀਂ ਬਹੁਤ ਇੰਸਪਾਇਰ ਹੁੰਦੇ ਹਾਂ, ਉਹਦੇ ਤੋਂ ਕਾਫੀ ਕੁਛ ਸਿੱਖਣ ਨੂੰ ਮਿਲਿਆ ਜਦੋਂ ਅਸੀਂ ਕਰ ਰਹੇ ਸੀਗੇ। ਮੈਂ ਜ਼ਰੂਰ ਦੇਖੀ ਆ 2-3 ਵਾਰੀ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਮਤਲਬ ਜੋ ਸਾਨੂੰ ਇਸ ਮੂਮੈਂਟ ਫੀਲ ਹੋ ਰਿਹਾ ਉਦੋਂ ਵੀ ਇੰਨਾ ਹੀ ਮਤਲਬ ਵਧੀਆ ਫੀਲ ਹੋਵੇ, ਅਤੇ ਇਹ ਜਿੱਦਾਂ ਅਸੀਂ ਉਹ ਫਿਲਮ ਦੇਖਦੇ ਹਾਂ ਉੱਦਾਂ ਹੀ ਇਹ ਫਿਲਮ ਵੀ ਦੇਖੀ ਜਾਵੇ। ਸਰ, ਤੁਸੀਂ ਵੈਸੇ ਵੀ ਮੈਂ ਦੇਖਿਆ ਸਿੱਖੀ ਨਾਲ ਬਹੁਤ ਜੁੜੇ ਹੋਏ ਹੋ, ਹਾਂਜੀ, ਅਤੇ ਇੱਦਾਂ ਮਤਲਬ ਤੁਹਾਡਾ ਸਟਾਰਟਿੰਗ ਤੋਂ ਹੈ, ਕਿਉਂਕਿ ਆਪਾਂ ਨੂੰ ਕਿਤੋਂ ਨਾ ਕਿਤੋਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ, ਤੁਹਾਡੇ ਘਰੋਂ ਹੀ ਸੀਗਾ ਜਾਂ ਤੁਸੀਂ ਬਾਹਰ ਰਹਿ ਕੇ ਇੱਦਾਂ ਮਤਲਬ ਕਨੈਕਟ ਕਰ ਪਾਏ ਹੋ ਖੁਦ ਨੂੰ?
ਦੇਖੋ ਪਹਿਲੀ ਗੱਲ ਤਾਂ ਮੈਂ ਸਿੱਖੀ ਨਾਲ ਨਹੀਂ ਜੁੜਿਆ, ਮੈਂ ਇਨਸਾਨੀਅਤ ਨਾਲ ਜੁੜਿਆ ਹੋਇਆ। ਇਨਸਾਨੀਅਤ ਨਾਲ ਜੁੜਨਾ ਵੱਡੀ ਗੱਲ ਹੈ। ਧਰਮ ਇਨਸਾਨ ਦੀ ਸਹੂਲਤ ਲਈ ਬਣਾਏ ਗਏ ਨੇ, ਬਟ ਇਨਸਾਨ ਜਿਹੜਾ ਬਣਨਾ ਉਹ ਮੈਨੂੰ ਲੱਗਦਾ ਕਿ ਬਾਬੇ ਨਾਨਕ ਦਾ ਵੀ ਫਲਸਫਾ ਇਹੋ ਜਿਹਾ, ਮਾਨਸ ਕੀ ਜਾਤ ਸਭ ਹੈ ਇੱਕ ਪਹਿਚਾਨ। ਬਾਕੀ ਮੁੱਢਲੀ ਸਿੱਖਿਆ ਤਾਂ ਹਰ ਇੱਕ ਨੂੰ ਘਰ ਤੋਂ ਹੀ ਮਿਲਦੀ ਆ। ਜੇ ਆਪਾਂ ਕਹੀਏ ਵੀ ਅੱਜ ਕੋਈ ਬੰਦਾ ਇੱਦਾਂ ਦਾ ਹੋ ਗਿਆ ਜਾਂ ਇੱਦਾਂ ਦਾ ਹੈਗਾ ਆ ਜਾਂ ਚੰਗਾ ਲੱਗਦਾ ਆ, ਉਹ ਕਿਰਦਾਰ ਨਹੀਂ ਚੰਗਾ ਲੱਗਦਾ। ਉਹਦੇ ਪਿਛੋਕੜ ਨੂੰ ਤੁਸੀਂ ਵੇਖੋ, ਜੇ ਉਹਦੇ ਬਾਰੇ ਤੁਸੀਂ ਜਾਣਨਾ ਚਾਹੁੰਦੇ ਉਹਦਾ ਪਿਛੋਕੜ ਵੇਖੋ ਕਿ ਉਹਦੇ ਸਾਥ ਕੌਣ, ਉਹਦੇ ਨਾਲ ਕੌਣ ਹੈ ਇਸ ਵੇਲੇ, ਉਹਦੀ ਦੋਸਤੀ ਕਿੰਨੀ ਪੁਰਾਣੀ ਆ ਕਿ ਉਹ ਰੋਜ਼ ਨਵੇਂ ਦੋਸਤ ਬਣਾਉਂਦਾ, ਰੋਜ਼ ਨਵੇਂ ਰਿਸ਼ਤੇ ਘੜਦਾ। ਜੇ ਕਿਸੇ ਬੰਦੇ ਦੇ ਪਰਸਨਲੀ ਕਿਸੇ ਨੂੰ ਤੁਸੀਂ ਪਛਾਣਨਾ ਹੋਵੇ ਤਾਂ ਉਹਦੇ ਘਰ 'ਚ ਜਾਓ, ਤੁਸੀਂ ਵੇਖੋ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਕੰਮ ਕਰਨ ਵਾਲੇ, ਨੌਕਰ ਨਹੀਂ ਕੰਮ ਕਰਨ ਵਾਲੇ, ਨੌਕਰ ਵਰਡ ਨਹੀਂ ਕਦੀ ਵਰਤੀਦਾ, ਕੰਮ ਕਰਨ ਵਾਲੇ ਕਿੰਨੇ ਪੁਰਾਣੇ ਨੇ ਉਹਨਾਂ ਦੇ ਘਰਾਂ ਦੇ ਵਿੱਚ, ਉਹਨਾਂ ਦੇ ਡਰਾਈਵਰ ਕਿੰਨੇ ਪੁਰਾਣੇ ਨੇ, ਮਾਲੀ ਕਿੰਨੇ ਪੁਰਾਣੇ ਲੱਗੇ ਉਸ ਘਰ ਦੇ ਵਿੱਚ, ਉਹ ਤੁਹਾਨੂੰ ਅਸਲੀਅਤ ਦੱਸਦੇ ਨੇ। ਬੋਲਦੇ ਨਹੀਂ, ਉਹ ਸਿਰਫ ਦੱਸ ਦਿੰਦੇ ਆ ਕਿ ਇਹ ਪਰਿਵਾਰ ਕੀ ਆ। ਸੋ ਮੁੱਢਲੀ ਸਿੱਖਿਆ ਜਿਹੜੀ ਅਸੀਂ ਕੱਲ੍ਹ ਵੀ ਗੱਲ ਕਰੀ ਜਾਂਦੇ ਸੀ, ਮੁੱਢਲੀ ਸਿੱਖਿਆ ਤਾਂ ਘਰ ਤੋਂ ਹੀ ਆ। ਜੇ ਅੱਜ ਜਰਨੈਲ ਸਿੰਘ ਤੁਹਾਡੇ ਸਾਹਮਣੇ ਬੈਠਾ ਅਤੇ ਤੁਹਾਨੂੰ ਜਰਨੈਲ ਸਿੰਘ ਲੱਗ ਰਿਹਾ, ਬਟ ਇਸ ਜਰਨੈਲ ਸਿੰਘ ਦੇ ਅੰਦਰ ਕਿੰਨੇ ਕਿਰਦਾਰ ਬੈਠੇ ਨੇ ਇਹਨੂੰ ਬਣਾਉਣ ਵਾਲੇ, ਹੈ ਨਾ। ਅੱਜ ਮੈਂ ਮੋਹਰ ਲਾ ਕੇ ਬੋਲੀ ਜਾਂਦਾ ਵੀ ਆਹ ਗੱਲ ਬੋਲੀ, ਤੁਹਾਨੂੰ ਲੱਗਦਾ ਇਹ ਜਰਨੈਲ ਨੇ ਗੱਲ ਬੋਲੀ, ਅੱਜ ਉਹ ਕਿੱਸਾ ਸੁਣਾਇਆ ਜਰਨੈਲ ਨੇ ਸੁਣਾਇਆ, ਅੱਜ ਉਹ ਸਾਖੀ ਸੁਣਾਈ ਜਰਨੈਲ ਨੇ ਸੁਣਾਈ। ਹੋ ਸਕਦਾ ਜਰਨੈਲ ਦੀ ਦਾਦੀ ਨੇ ਸੁਣਾਈ ਹੋਵੇ ਕਦੀ ਜਰਨੈਲ ਨੂੰ, ਕਦੀ ਜਰਨੈਲ ਦੀ ਮਾਂ ਨੇ ਸੁਣਾਈ ਹੋਵੇ, ਕਦੀ ਉਹਦੇ ਭਰਾ ਨੇ ਸੁਣਾਈ ਹੋਵੇ। ਹਾਂ, ਅੱਜ ਉਹ ਫਾਈਲਾਂ ਸਟੋਰ ਨੇ ਦਿਮਾਗ ਦੇ ਵਿੱਚ, ਜਦੋਂ ਕੋਈ ਗੱਲ ਹੁੰਦੀ ਉਹ ਗੱਲ ਨਾਲ ਗੱਲ ਰਿਲੇਟ ਕਰਕੇ ਆਪੇ ਹੀ ਫਾਈਲ ਚੁੱਕ ਲੈਂਦਾ ਦਿਮਾਗ, ਅਤੇ ਮੈਂ ਬੋਲ ਦਿੰਦਾ, ਮੇਰੀ ਸਿਰਫ ਜ਼ਬਾਨ ਆ, ਬਾਕੀ ਸਿਆਣੇ ਇਹਨਾਂ ਨੂੰ ਪਤਾ, ਸਿਆਣੇ ਕਹਿੰਦੇ ਬਸ, ਸਾਡਾ ਤਕੀਆ ਕਲਾਮ ਨੂੰ ਸਿਆਣੇ ਕਹਿੰਦੇ। ਸਰ, ਜਿਵੇਂ ਇਤਿਹਾਸ ਇੱਦਾਂ ਐਂਟਰਟੇਨਿੰਗ ਮੂਵੀ ਅੱਜ ਕੱਲ੍ਹ ਆਉਂਦੀਆਂ ਹੀ ਰਹਿੰਦੀਆਂ ਨੇ, ਜਦੋਂ ਇੱਦਾਂ ਇਤਿਹਾਸਿਕ ਮੂਵੀ ਆਉਂਦੀ ਹੈ ਨਾ, ਤੁਹਾਨੂੰ ਪਾਰਟ ਮਤਲਬ ਇੱਕ ਮੂਵੀ ਦਾ ਪਾਰਟ ਬਣਦੇ ਹੋ ਤੁਸੀਂ, ਉਦੋਂ ਵਧੀਆ ਲੱਗਦਾ ਕਿ ਇਸ ਚੀਜ਼ ਨਾਲ ਮੈਂ ਜੁੜਿਆ ਵੀ ਹੋਇਆ, ਜਿਵੇਂ ਤੁਸੀਂ ਕਿਹਾ ਇਨਸਾਨੀਅਤ ਨਾਲ ਤੁਸੀਂ ਜੁੜੇ ਹੋਏ ਹੋ, ਹੈ ਨਾ। ਅਤੇ ਉਦੋਂ ਵਧੀਆ ਲੱਗਦਾ ਕਿ ਇੱਦਾਂ ਦੀ ਮੂਵੀ ਤੁਸੀਂ ਕਰਨਾ ਚਾਹੁੰਦੇ ਸੀ ਇੱਦਾਂ ਕੁਛ? ਦੇਖੋ ਮੈਡਮ, ਧਾਰਮਿਕ ਮੂਵੀ ਨਾਲ ਮੈਂ ਜੁੜਨਾ ਕੀ ਆ, ਦਾੜੀ ਮੈਂ ਇੱਥੇ ਬੇਰ ਲਾਉਣ ਨੂੰ ਰੱਖੀ ਹੈ, ਇਹਨੂੰ ਫਰੂਟ ਲੱਗਣਾ, ਇਹ ਦਾੜੀ ਇਸੇ ਲਈ ਰੱਖੀ ਹੈ ਵੀ ਇਹੋ ਜਿਹੇ ਕਰੈਕਟਰ ਸਾਨੂੰ ਮਿਲ, ਜੇ ਸਾਨੂੰ ਨਹੀਂ ਮਿਲਣੇ ਤਾਂ ਹੋਰ ਕਿਹਨੂੰ ਮਿਲਣੇ ਆ। ਬੜੀ ਚਲੋ, ਇਹ ਤਾਂ ਮਜ਼ਾਕ ਰਿਹਾ, ਮੈਨੂੰ ਸਵੇਰੇ ਕਿਸੇ ਨੇ ਸਵਾਲ ਪੁੱਛਿਆ ਰਾਜ, ਕਹਿੰਦਾ ਭਾਈ ਤੁਸੀਂ ਇਹ ਧਾਰਮਿਕ ਫਿਲਮਾਂ ਦਾ ਹਿੱਸਾ ਜ਼ਰੂਰ ਹੁੰਦੇ ਹੋ। ਮੈਂ ਕਿਹਾ ਯਾਰ, ਦਾੜੀ ਇਹ ਬੇਰ ਲੱਗਣੇ ਇਹਨੂੰ, ਚਲੋ ਇਹ ਤੇ ਵੇਖਣ ਵਾਲੀ ਗੱਲ ਆ, ਚਲੋ ਮਾਲਕ ਮਿਹਰ ਰੱਖੇ। ਬਾਕੀ ਇਹ ਫਿਲਮਾਂ ਬਣਦੀਆਂ ਚਾਹੀਦੀਆਂ, ਇਹਦੀ ਇਹੀ ਫਿਲਮਾਂ ਦੀ ਅਸਲ ਲੋੜ ਆ, ਇਹ ਫਿਲਮਾਂ ਆਉਣਗੀਆਂ ਤਾਂ ਹਿਸਟਰੀ ਅੱਗੇ ਰਿੜੂਗੀ, ਨਹੀਂ ਤਾਂ ਹਿਸਟਰੀ ਖਤਮ ਹੋ ਜੂ। ਮੈਮ, ਤੁਹਾਨੂੰ ਕਿੱਦਾਂ ਮਤਲਬ ਇੱਦਾਂ ਪਰਸਨਲੀ ਜੇ ਪੁੱਛੀ, ਕਿੱਦਾਂ ਦੀ ਮੂਵੀਜ਼ ਪਸੰਦ ਨੇ, ਐਂਟਰਟੇਨਿੰਗ ਜਾਂ ਦੋਨੋਂ ਹੀ, ਕਿ ਧਾਰਮਿਕ? ਐਕਸ਼ਨ ਤੋਂ ਇਲਾਵਾ ਸਾਰੀਆਂ ਫਿਲਮਾਂ ਵਧੀਆ ਲੱਗਦੀਆਂ, ਅਤੇ ਹੋਰਰ ਤੋਂ ਇਲਾਵਾ ਇਹ ਦੋਨੇ ਚੀਜ਼ ਮੈਨੂੰ ਬਹੁਤ ਮਤਲਬ ਮੈਨੂੰ ਵਧੀਆ ਨਹੀਂ ਲੱਗਦੀ। ਹੋਰਰ ਤਾਂ ਮੈਨੂੰ ਉੱਦਾਂ ਹੀ ਨਹੀਂ ਵਧੀਆ ਲੱਗਦੀ, ਅਤੇ ਡਰ ਉਹ ਤੋਂ ਬਾਅਦ ਜਿਹੜਾ ਡਰ ਲੱਗਦਾ, ਤੁਸੀਂ ਆਪਦੇ ਦਿਮਾਗ 'ਚ ਜਿਹੜੀਆਂ ਸਟੋਰੀਆਂ ਬਣਾ ਕੇ ਫਿਰਦੇ ਹੁੰਦੇ ਆ ਕਿ ਇਹ ਜੋ ਉਹ 'ਚ ਹੋਇਆ ਵੀ ਮੇਰੇ ਨਾਲ ਵੀ ਹੋ ਜੂਗਾ, ਉਹ ਬੜਾ ਡਰ ਲੱਗਦਾ। ਅਤੇ ਇੱਕ ਐਕਸ਼ਨ ਦਾ ਮੈਨੂੰ ਲੱਗਦਾ ਮੇਰਾ ਧਿਆਨ ਨਹੀਂ ਰਹਿੰਦਾ ਵੀ ਕਿਹਨੇ ਕਿਹਦੇ ਮੁੱਕਾ ਮਾਰਿਆ, ਕੀ ਹੋ ਗਿਆ, ਕਿਉਂ ਡਿੱਗ ਪਿਆ, ਬਹੁਤ ਹੁੰਦਾ ਅਨਰੀਅਲਿਸਟਿਕ ਚੀਜ਼ਾਂ, ਮਤਲਬ ਜੋ ਮੇਰਾ
ਮਤਲਬ ਬਹੁਤ ਜ਼ਿਆਦਾ ਚੀਜ਼ਾਂ ਹੋ ਰਹੀਆਂ ਹੁੰਦੀਆਂ ਨਾ ਇੱਕ ਫਰੇਮ ਦੇ ਵਿੱਚ ਐਕਸ਼ਨ 'ਚ, ਤਾਂ ਮੇਰਾ ਉਹ ਮਤਲਬ ਮੇਰੀ ਅਟੈਂਸ਼ਨ ਇੱਧਰ ਉੱਧਰ ਚਲ ਜਾਂਦੀ ਹੈ, ਬਾਕੀ ਮੈਨੂੰ ਸਾਰੀਆਂ ਫਿਲਮਾਂ ਵਧੀਆ ਲੱਗਦੀਆਂ। ਸਰ ਮੂਵੀ ਦੇ ਵਿੱਚ ਜਿਵੇਂ ਤੁਸੀਂ ਛੋਟੇ ਹੁੰਦੇ ਕਹਾਣੀ ਸੁਣੀ ਸੀ ਵੈਸੇ, ਹੈ ਨਾ, ਅਤੇ ਮੂਵੀ ਦੇ ਵਿੱਚ ਇੱਦਾਂ ਦਾ ਕੁਛ ਹੋਇਆ ਜੋ ਤੁਸੀਂ ਕਹਾਣੀ ਦੇ ਵਿੱਚ ਨਾ ਸੁਣਿਆ ਹੋਵੇ, ਅਤੇ ਇੱਦਾਂ ਦਾ ਕੁਛ ਨਾ ਹੋਇਆ ਹੋਵੇ ਜੋ ਤੁਸੀਂ ਸੁਣਿਆ ਹੋਵੇ? ਨਹੀਂ ਦੇਖੋ, ਕਹਾਣੀ ਤਾਂ ਬੜੀ ਛੋਟੀ ਜਿਹੀ, ਹਾਂਜੀ, ਕਹਾਣੀ ਤਾਂ ਇੰਨੀ ਕਿਹਾ ਵੀ ਇੱਕ ਪਿਓ ਆ ਜਿਹਦੀਆਂ ਕੁੜੀਆਂ ਨੇ, ਉਹ ਚਾਹੁੰਦਾ ਕਿ ਮੇਰੇ ਮੁੰਡਾ ਹੁੰਦਾ, ਹੈ ਨਾ, ਉਹਨੂੰ ਹਮੇਸ਼ਾ ਕਹਿੰਦੇ ਰਹੇ ਵੀ ਤੂੰ ਯੱਗ ਕਰ, ਹਵਨ ਕਰ, ਪਾਠ ਕਰਾ, ਪੂਜਾ ਕਰਾ, ਉਹਦੇ ਨਾਰੀਅਲ ਤਾਰਿਆ, ਉੱਥੇ ਦਾਣਾ ਪਾਇਆ ਮੱਛੀਆਂ ਨੂੰ, ਵੀ ਰੱਬ ਖੁਸ਼ ਹੋਊਗਾ। ਉਹ ਕਹਿੰਦਾ ਵੀ ਰੱਬ ਖੁਸ਼ ਹੀ ਨਹੀਂ ਹੋ ਰਿਹਾ, ਇਹਦਾ ਮਤਲਬ ਰੱਬ ਹੈ ਹੀ ਨਹੀਂ, ਰੱਬ ਕਰਦਾ ਕੀ ਆ? ਉਹ ਕਹਿੰਦੇ ਜੀ ਰੱਬ 'ਤੇ ਜੋ ਮੰਗੋ ਦਿੰਦਾ, ਕਹਿੰਦਾ ਦਿੰਦਾ ਤਾਂ ਮੈਂ ਹਾਂ, ਫਿਰ ਰੱਬ ਕਿੱਥੇ? ਇਹਦਾ ਮਤਲਬ ਰੱਬ ਮੈਂ ਹਾਂ। ਉਹ ਆਪਣੇ ਆਪ ਨੂੰ ਰੱਬ ਖਵਾਉਣ ਲੱਗ ਗਿਆ। ਬਟ ਉਹਦੀ ਕੁੱਲ ਦੇ ਵਿੱਚ ਇੱਕ ਕੁੜੀ ਨੇ ਜਨਮ ਲਿਆ ਜਿਹਦਾ ਨਾਂ ਸੀ ਰਜਨੀ, ਠੀਕ ਹੈ, ਉਹਨੂੰ ਵੀ ਕਿਸੇ ਨੇ ਸਿੱਖਿਆ ਦਿੱਤੀ, ਜਾਂ ਕਹਿ ਲਓ ਕਿ ਉਹਦੀ ਕਿਸਮਤ ਹੀ ਇੱਦਾਂ ਦੀ ਸੀ, ਉਹ ਯੁੱਗ ਬਦਲਣ ਆਈ ਸੀ ਇੱਥੇ, ਹੈ ਨਾ। ਸੋ ਉਹਨੇ ਤਸ਼ੱਦਦ ਤਾਂ ਆਪਣੀ ਕੁੜੀ 'ਤੇ ਕੀਤਾ, ਪਰ ਉਹਦੇ ਹੱਥੋਂ ਇੱਕ ਕਾਰਜ ਕਰਾਉਣਾ ਸੀਗਾ। ਉਹਨੂੰ ਸਬਰ ਸੀਗਾ ਕੁੜੀ ਨੂੰ ਵੀ ਕੋਈ ਨਹੀਂ, ਜੋ ਕੀਤਾ ਉਹ ਪਰਮਾਤਮਾ ਕਰ ਰਿਹਾ, ਮੇਰੇ ਪਿਓ ਕੋਲੋਂ ਵੀ ਉਹ ਪਰਮਾਤਮਾ ਹੀ ਕਰਾ ਰਿਹਾ, ਮੇਰਾ ਪਿਓ ਗਲਤ ਨਹੀਂ ਹੈਗਾ, ਜੋ ਉਹਨੇ ਲਿਖਿਆ ਉਹੀ ਹੋ ਰਿਹਾ। ਕਹਾਣੀ ਤਾਂ ਇੰਨੀ ਕੀ ਹੈ, ਹੁਣ ਸਾਡਾ ਫਰਜ਼ ਬਣਦਾ, ਅਸੀਂ ਮੇਕਰਸ ਹਾਂ, ਸਾਡਾ ਫਰਜ਼ ਬਣਦਾ ਇਹਨੂੰ ਇੰਟਰਟੇਨਿੰਗ ਬਣਾਉਣਾ, ਥੋੜ੍ਹਾ ਜਿਹਾ ਇਹ ਤੋਂ ਇਸ ਪੈਰਾਮੀਟਰ ਤੋਂ ਬਾਹਰ ਨਹੀਂ ਜਾਣਾ, ਜੋ ਅਸਲੀ ਕਹਾਣੀ ਇਹਨੂੰ ਕਹਾਣੀ 'ਚ ਹੀ ਰੱਖਣਾ। ਇਹ ਤਾਂ ਹੁਣ ਕਿਸੇ ਨੂੰ ਨਹੀਂ ਪਤਾ ਵੀ ਉਸ ਵੇਲੇ ਅਸਲ ਕੀ ਹੋਇਆ, ਪਰ ਕੁਝ ਪੋਰਸ਼ਨ ਪਤਾ ਕਿ ਇੱਦਾਂ ਹੋਇਆ, ਇੱਥੋਂ ਪੱਟੀ ਤੋਂ ਤੁਰੀ ਕੁੜੀ ਅਤੇ ਇੱਥੇ ਰਾਮਦਾਸ ਚੱਕ ਆਈ, ਉਹ ਕਿੱਦਾਂ ਆਈ, ਕਿਹੜੇ ਰਾਹਾਂ 'ਚ ਆਈ, ਪੈਰਾਂ 'ਚ ਕਿੱਥੇ ਕੰਡੇ ਵੱਜੇ ਉਹਦੇ, ਕਿੱਥੋਂ ਉਹਨੇ ਰੋਟੀ ਮੰਗ ਕੇ ਖਾਧੀ, ਕਿੱਥੋਂ ਆਪਣੇ ਘਰ ਨੂੰ ਦਵਾਈ, ਇਹ ਕਿਸੇ ਨੂੰ ਨਹੀਂ ਪਤਾ। ਇਹਨੂੰ ਅਸੀਂ ਫਿਲਮਾਉਣਾ, ਬਟ ਪੈਰਾਮੀਟਰ ਦੇ ਵਿੱਚ ਰਹਿ ਕੇ ਇਹ ਫਿਲਮ ਆ। ਮੈਮ ਜਿਵੇਂ ਮੈਂ ਦੇਖਿਆ ਤੁਸੀਂ ਬਹੁਤ ਸਿੰਪਲ ਰਹਿੰਦੇ ਹੋ, ਹੈ ਨਾ, ਅਤੇ ਕਈ ਵਾਰ ਮੂਵੀ ਦੇ ਵਿੱਚ ਕੁਛ ਇੱਦਾਂ ਦਾ ਕਿਰਦਾਰ ਮਿਲ ਜੇ ਜਿੱਥੇ ਬਹੁਤ ਮੇਕਅਪ ਕਰਨਾ, ਥੋੜ੍ਹੀ ਜਿਹੀ ਇਰੀਟੇਸ਼ਨ ਕਿਤੇ ਨਾ ਕਿਤੇ ਹੁੰਦੀ ਹੈ ਕਿ ਮਤਲਬ ਤੁਹਾਨੂੰ ਆਦਤ ਨਹੀਂ ਹੈ ਮੇਕਅਪ ਦੀ? ਆਦਤ ਨਹੀਂ, ਮੈਨੂੰ ਸ਼ੌਂਕ ਹੀ ਘੱਟ ਆ, ਇਹ ਮੈਨੂੰ ਲੱਗਦਾ ਸ਼ੌਂਕ ਘੱਟ ਹੈ ਕਿ ਮੈਂ ਆਲਸੀ ਬਹੁਤ ਆਉਂਦੀ ਇਹਦੇ ਕਰਕੇ, ਬਟ ਨਹੀਂ ਇੱਦਾਂ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ, ਬਿਕੋਜ਼ ਉਹ ਕਿਹੜਾ ਤੁਸੀਂ ਕਰ ਰਹੇ ਹੁੰਦੇ ਆ, ਉਹ ਹੋਰ ਕੋਈ ਤੁਹਾਡੇ ਕਰ ਰਿਹਾ ਹੁੰਦਾ ਅਤੇ, ਪਰ ਹਾਂ ਇਹ ਜ਼ਰੂਰ ਹੁੰਦਾ ਆਈ ਥਿੰਕ ਇੱਕ ਉਹ ਮੇਨਟੇਨ ਕਰਨਾ ਕੈਰੈਕਟਰ ਕਦੇ ਕਦੇ ਔਖਾ ਹੋ ਜਾਂਦਾ, ਕਿਉਂਕਿ ਉਹ ਤੁਸੀਂ ਅਸਲੀਅਤ ਨਹੀਂ ਹੁੰਦੀ ਤੁਹਾਡੀ, ਉਹ ਸਮਟਾਈਮਸ ਮੈਂ ਭੁੱਲ ਜਾਂਦੀ ਹੁੰਦੀ ਹਾਂ ਕਿ ਰੂਪੀ ਨਹੀਂ ਹੋਰ ਉਹ ਕੈਰੈਕਟਰ ਪਲੇ ਕਰ ਰਹੇ, ਬਟ ਹਜੇ ਤੱਕ ਜੋ ਮੈਂ ਪਲੇ ਕੀਤੇ ਆਈ ਥਿੰਕ ਇੰਨੇ ਕੋਈ ਗਲੈਮਰਸ ਹਜੇ ਮੈਂ ਰੋਲ ਪਲੇ ਨਹੀਂ ਕੀਤੇ। ਸਰ ਇੱਕ ਮੈਂ ਇਹ ਪਹਿਲੀ ਮੂਵੀ ਦੇਖੀ ਹੈ ਜਿੱਥੇ ਯੂਟਿਊਬ 'ਤੇ ਤੁਸੀਂ ਸਰਚ ਕਰੋਗੇ ਨਾ ਬੀਬੀ ਰਜਨੀ, ਆਫਟਰ ਪੋਸਟਰ ਜਦੋਂ ਰਿਲੀਜ਼ ਹੋਇਆ, ਪੋਸਟਰ ਰਿਲੀਜ਼ ਤੋਂ ਬਾਅਦ ਤੁਸੀਂ ਜੇ ਸਰਚ ਕਰੋਗੇ ਯੂਟਿਊਬ 'ਤੇ, ਕਾਫੀ ਲੋਕਾਂ ਨੇ ਆਪਣੇ ਵੱਲੋਂ ਹੀ, ਇੱਕ ਤਾਂ ਮੂਵੀ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਉੱਥੇ ਕੀ ਹੋ ਰਿਹਾ ਲੋਕ ਆਪਣੇ ਵੱਲੋਂ ਹੀ ਦੱਸ ਰਹੇ ਨੇ ਕਿ ਬੀਬੀ ਰਜਨੀ ਇਹ ਹੈ, 19 ਤਰੀਕ ਨੂੰ ਆ ਰਹੀ ਹੈ, ਪੂਰੀ ਕਹਾਣੀ ਇੱਥੇ ਮਿਲੂਗੀ, ਮਤਲਬ 30 ਤਰੀਕ ਨੂੰ ਮਿਲੂਗੀ। ਮੈਂ ਪਹਿਲੀ ਮੂਵੀ ਦੇਖੀ ਵੀ ਲੋਕ ਆਪਣੇ ਵੱਲੋਂ ਦੱਸਣਾ ਚਾਹ ਰਹੇ ਨੇ ਕਿਉਂਕਿ ਉਹਨਾਂ ਨੇ ਵੀ ਕਹਾਣੀ ਕਿਤੇ ਨਾ ਕਿਤੇ ਸੁਣੀ ਹੋਈ ਹੈ, ਅਤੇ ਜਦੋਂ ਪੋਸਟਰ ਰਿਲੀਜ਼ ਹੋਇਆ ਤੁਹਾਨੂੰ ਪਤਾ ਲੱਗਿਆ ਵੀ ਇੱਦਾਂ ਚੀਜ਼ਾਂ ਚੱਲ ਰਹੀਆਂ ਨੇ? ਹਾਂਜੀ, ਸੋਸ਼ਲ ਮੀਡੀਆ 'ਤੇ ਐਕਟਿਵ ਰਹੀ ਦਾ, ਟੀਮ ਰਹਿੰਦੀ ਐਕਟਿਵ ਨਾਲ, ਟੀਮ ਦੱਸਦੀ ਰਹਿੰਦੀ ਭਾਅ ਜੀ ਅੱਜ ਆ ਪੋਜ਼ਿਟਿਵ ਪਈ, ਔਰ ਸਭ ਤੋਂ ਵੱਡੀ ਗੱਲ ਇਸ ਫਿਲਮ ਦਾ ਇੱਕ ਵੀ ਨੈਗੇਟਿਵ, ਹਾਂਜੀ ਹਾਂਜੀ ਹਾਂਜੀ, ਸਾਰੇ ਹੀ ਪੋਜ਼ਿਟਿਵ ਆ, ਇਹ ਬੜੀ ਖੁਸ਼ੀ ਦੀ ਗੱਲ ਹੈ। ਮੈਮ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਮਤਲਬ ਇੰਨਾ ਵੀ ਐਕਟਿਵ ਨਹੀਂ ਹੋ, ਹੈ ਨਾ, ਅਤੇ ਤੁਸੀਂ ਦੇਖੀਆਂ ਇੱਦਾਂ ਦੀਆਂ ਚੀਜ਼ਾਂ?
ਜੋ ਤੁਸੀਂ ਜਿਵੇਂ ਸਕਰੋਲ ਕਰ ਰਹੇ ਹੋ ਤੇ ਬੀਬੀ ਰਜਨੀ ਬਾਰੇ ਕੁਛ ਇਦਾਂ ਦਾ ਆਇਆ ਹੋਵੇ, ਤੁਸੀਂ ਦੇਖੋ ਕਿ ਅੱਛਾ ਇਹ ਚੀਜ਼ ਵੀ ਹੋ ਰਹੀ ਹੈ। ਹਾਂਜੀ, ਮੈਂ ਰਿਐਕਸ਼ਨਸ ਵੀ ਦੇਖਿਆ, ਰਿਵਿਊਜ਼ ਵੀ ਦੇਖਿਆ, ਮਤਲਬ ਜਿੱਦਾਂ ਤੁਸੀਂ ਸਰਚ ਕੀਤਾ ਅਸੀਂ ਵੀ ਕਰਦੇ ਹਾਂ ਕਿਉਂਕਿ ਸਾਨੂੰ ਮਤਲਬ ਹੁੰਦਾ ਕਿ ਵੀ ਪਤਾ ਲੱਗੇ ਵੀ ਕੀ ਚੱਲ ਰਿਹਾ। ਸੋ ਜ਼ਰੂਰ ਮੈਂ ਇੱਦਾਂ ਹੀ ਚੀਜ਼ਾਂ ਦੇਖੀਆਂ ਨੇ, ਬਟ ਆਈ ਥਿੰਕ ਸਾਰੇ ਇਸ ਕਰਕੇ ਆਡੀਅੰਸ ਹੋਰ ਵੀ ਸਪੋਰਟਿਵ ਹੈ ਕਿਉਂਕਿ ਆਪਾਂ ਪਹਿਲਾਂ ਵਿਜੂਅਲੀ ਕਦੇ ਮਤਲਬ ਅਦਰ ਦੈਨ ਜਿਹੜੀ ਉਹ ਫਿਲਮ ਆਈ ਆ ਹੋਰ ਵਿਜੂਅਲਸ ਆਪਾਂ ਦੇਖੇ ਨਹੀਂ ਹੈਗੇ ਬੀਬੀ ਰਜਨੀ ਜੀ ਦੇ, ਆਪਾਂ ਇੱਕ ਇਮੈਜਨੇਰੀ ਕਹਾਣੀ ਸੁਣੀ ਹੋਈ ਹੈ ਅਤੇ ਆਪਾਂ ਆਲਵੇਜ਼ ਆਪਣੇ ਦਿਮਾਗ ਦੇ ਵਿੱਚ ਕੋਈ ਇਮੈਜਨੇਰੀ ਪਿਕਚਰ ਬਣਾ ਲੈਂਦੇ ਹਾਂ ਜਦੋਂ ਆਪਾਂ ਸੁਣਦੇ ਹਾਂ ਕਹਾਣੀ। ਜਦੋਂ ਮੈਂ ਛੋਟੀ ਹੁੰਦੀ ਸੀ ਮੈਂ ਵੀ ਆਪਣੇ ਦਿਮਾਗ 'ਚ ਇੱਕ ਬਣਾਈ ਸੀ ਕਹਾਣੀ, ਸੋ ਉਹ ਜੋ ਵਿਜੂਅਲਸ ਆ ਰਹੇ ਆਈ ਥਿੰਕ ਉਹ ਸਾਰੇ ਬਹੁਤ ਸਪੋਰਟ ਕਰ ਰਹੇ ਆ ਅਤੇ ਅਸੀਂ ਬਹੁਤ ਜ਼ਿਆਦਾ ਗ੍ਰੇਟਫੁਲ ਹਾਂ ਉਸ ਚੀਜ਼ ਲਈ ਜੀ। ਅੱਜ ਕੱਲ੍ਹ ਦੇ ਬੱਚੇ ਬਹੁਤ ਐਕਟਿਵ ਨੇ ਜਿੱਦਾਂ ਫੋਨ ਦੇ ਵਿੱਚ, ਹੈ ਨਾ, ਜਦੋਂ ਉਹ ਕਹਾਣੀ ਸੁਣਨਗੇ ਉਹ ਤੁਹਾਨੂੰ ਬੀਬੀ ਰਜਨੀ ਦੇ ਵਿੱਚ ਦੇਖਣਗੇ ਕਿ ਐਜ਼ ਮਤਲਬ ਬੀਬੀ ਰਜਨੀ ਰੂਪੀ ਗਿੱਲ, ਸੋਰੀ ਰੂਪੀ ਗਿੱਲ ਦਾ ਜੋ ਰੂਪ ਹੈ ਉਹ ਬੀਬੀ ਰਜਨੀ ਦਾ ਹੈ ਕਿਤੇ ਨਾ ਕਿਤੇ, ਕਿਉਂਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਨਹੀਂ ਪਤਾ। ਇਹ ਤਾਂ ਇੱਦਾਂ ਦਾ ਮਤਲਬ ਮੈਂ ਉਹ ਕਦੇ ਬਣ ਹੀ ਨਹੀਂ ਸਕਦੀ ਹੈਗੀ, ਬਟ ਹਾਂਜੀ ਇੱਕ ਇੱਕ ਹਾਂਜੀ ਇੱਕ ਕੈਰੈਕਟਰ ਨਿਭਾਇਆ ਆ ਅਤੇ, ਪਰ ਜੇ ਮੈਨੂੰ ਮਿਲਣਗੇ ਉਹ ਬੱਚੇ ਤਾਂ ਮੈਂ ਉਹਨਾਂ ਨੂੰ ਜ਼ਰੂਰ ਦੱਸੂੰਗੀ ਕਿ ਮੈਂ ਤਾਂ ਉਹਨਾਂ ਦੇ ਮਤਲਬ ਬਰਾਬਰ ਕਦੇ ਬਣ ਹੀ ਨਹੀਂ ਸਕਦੀ, ਉਹਦੇ ਨੇੜੇ ਤੇੜੇ ਵੀ ਨਹੀਂ ਹੋ ਸਕਦੀ, ਬਟ ਹਾਂਜੀ ਆ ਇੱਕ ਜੋ ਫੇਸ ਹੁੰਦਾ ਉਹ ਵਿਜੂਅਲੀ ਸ਼ਾਇਦ ਉਹਨਾਂ ਨੂੰ ਲੱਗ ਸਕਦਾ ਜੀ। ਸਰ ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡਾ ਸਿੰਪਲ ਜਿਹਾ ਕਰੈਕਟਰ ਹੈ ਮੂਵੀ ਦੇ ਵਿੱਚ, ਮਤਲਬ ਤੁਸੀਂ ਅਤੇ ਮੂਵੀ ਦੇ ਵਿੱਚ ਜਿਵੇਂ ਤੁਸੀਂ ਯੋਗਰਾਜ ਸਰ ਨਾਲ ਉਹ ਥੋੜ੍ਹੇ ਇੱਦਾਂ ਨੇ ਕਿ ਨਵਾਕਾ ਪਾ ਦਿਓ, ਹੈ ਨਾ, ਅਤੇ ਤੁਹਾਡੇ ਨਾਲ ਕੁਛ ਇੱਦਾਂ ਦਾ ਹੋਇਆ ਮੂਵੀ 'ਤੇ? ਨਹੀਂ ਮੇਰਾ ਸੀਨ ਹੀ ਹੈ ਨਹੀਂ ਉਹਨਾਂ ਨਾਲ। ਅੱਛਾ, ਮੇਰਾ ਸੀਨ ਹੀ ਮੇਰਾ ਸੀਨ ਹੀ ਉਹਨਾਂ ਨਾਲ ਹੈ ਨੀਗਾ। ਹਾਂਜੀ ਹਾਂਜੀ, ਮੇਰਾ ਥੋੜ੍ਹਾ ਜਿਹਾ ਮਤਲਬ ਫਿਲਮ 'ਚ ਦੇਖਿਆ ਤੁਹਾਨੂੰ ਪਤਾ ਲੱਗੂ ਬੜਾ ਡਿਫਰੈਂਟ ਜਿਹਾ ਕਰੈਕਟਰ ਹੈ ਮੇਰਾ। ਅੱਛਾ, ਮੂਵੀ ਦੇ ਵਿੱਚ ਜਿਵੇਂ ਜ਼ਿਆਦਾਤਰ ਦਿਖ ਰਿਹਾ ਕਿ ਇਤਿਹਾਸ ਧਾਰਮਿਕ ਚੀਜ਼ਾਂ, ਹੈ ਨਾ, ਕਾਫੀ ਚੀਜ਼ਾਂ ਦਿਖ ਰਹੀਆਂ ਨੇ, ਲੋਕ ਕੀ ਐਂਟਰਟੇਨ ਵੀ ਹੋਣਗੇ? ਹਾਂਜੀ 100%। ਕੱਲ੍ਹ ਹੀ ਅਸੀਂ ਆਈ ਥਿੰਕ ਮੈਨੂੰ ਕੋਈ ਦੱਸ ਰਹੇ ਸੀ, ਸਾਨੂੰ ਦੱਸ ਰਹੇ ਸੀ ਕਿ ਜਦੋਂ ਉਹਨਾਂ ਨੇ ਟੀਜ਼ਰ ਦੇਖਿਆ ਤਾਂ ਉਹਨਾਂ ਨੇ ਐਂਟਰਟੇਨਮੈਂਟ ਵੀ ਦੇਖੀ, ਇੱਕ ਅਸੀਂ ਮਤਲਬ ਇਤਿਹਾਸ ਦੱਸ ਰਹੇ ਹਾਂ ਨਾ ਐਂਟਰਟੇਨਿੰਗ ਹੋਏ, ਸੋ ਸਾਡੀ ਕੋਸ਼ਿਸ਼ ਤਾਂ ਇਹ ਆ, ਬਟ ਹਾਂਜੀ ਜਿੱਥੇ ਤੱਕ ਮੈਨੂੰ ਲੱਗਦਾ ਆਈ ਥਿੰਕ ਅਸੀਂ ਐਂਟਰਟੇਨਮੈਂਟ ਦੇ ਮਤਲਬ ਐਂਟਰਟੇਨਿੰਗ ਵੀ ਰੱਖੀ ਆ ਜੀ ਮੂਵੀ ਦੇ ਵਿੱਚ। ਇੱਕ ਤਾਂ ਐਂਟਰਟੇਨਮੈਂਟ ਆ ਗਿਆ, ਹੈ ਨਾ, ਟੀਜ਼ਰ ਦੇ ਵਿੱਚ ਮੈਂ ਦੇਖਿਆ ਤੁਹਾਡਾ ਇੱਕ ਡਾਇਲੋਗ ਹੈ ਨਾ, ਮੈਂ ਬੋਲ ਤਾਂ ਨਹੀਂ ਪਾਵਾਂਗੀ, ਮੈਂ ਸੁਣਿਆ ਬਹੁਤ ਵਾਰੀ ਹੈ ਪਰ ਮੈਂ ਬੋਲ ਨਹੀਂ ਪਾਈ, ਤੁਹਾਨੂੰ ਯਾਦ ਹੈ ਇੱਕ ਵਾਰੀ? ਹਾਂਜੀ ਮੈਨੂੰ ਯਾਦ ਆ, ਪਰ ਮੈਨੂੰ ਇਹ ਆ ਕਿ ਗਲਤੀ ਨਾ ਹੋ ਜਾਵੇ ਮੇਰੇ ਤੋਂ, ਤਾਂ ਮੈਂ ਮਤਲਬ ਮੈਂ ਰਹਿਣ ਦੀ, ਕਿਉਂਕਿ ਉਸ ਕਿਉਂਕਿ ਉਹ ਇੰਨੇ ਸੈਂਸਿਟਿਵ ਆ ਨਾ, ਤੁਸੀਂ ਚਾਹੁੰਦੇ ਨਹੀਂ ਕਿ ਕੋਈ ਗਲਤੀ ਹੋ ਜਾਵੇ ਉਹ ਸੈਂਸਿਟਿਵ ਮਤਲਬ ਆਊਟ ਆਫ ਰਿਸਪੈਕਟ। ਪਰ ਹਾਂਜੀ ਮੈਂ ਇਹ ਦੱਸ ਸਕਦੀ ਕਿ ਜਦੋਂ ਅਸੀਂ ਉਹ ਡੱਬ ਵੀ ਕਰ ਰਹੇ ਸੀ ਉਹ ਡਾਇਲੋਗ, ਮੈਨੂੰ ਲੱਗਦਾ ਮੈਕਸੀਮਮ ਟੇਕਸ ਲੱਗੇ ਜਦੋਂ ਅਸੀਂ ਡਬਿੰਗ ਕਰ ਰਹੇ ਸੀ, ਬਿਕੋਜ਼ ਤੁਸੀਂ ਇੱਕ ਵੀ ਚੀਜ਼ ਇੱਧਰ ਉੱਧਰ ਨਹੀਂ ਕਰਨਾ ਚਾਹੁੰਦੇ ਵੀ ਜੇ ਉਨੀ ਕੀ ਹੋ ਜਾਵੇ ਤਾਂ ਡਿਸਰਿਸਪੈਕਟ ਆ, ਸੋ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਤਾਂ ਹੁਣੇ ਵੀ ਮੈਂ ਰਹਿ ਨਹੀਂ ਦਿੰਦੀ। ਸਰ ਤੁਹਾਨੂੰ ਮੈਨੂੰ ਲੱਗਦਾ ਕਿ ਤੁਹਾਨੂੰ ਐਵੇਂ ਮੈਨੂੰ ਫੀਲ ਹੁੰਦੀ ਹੈ ਕਿ ਤੁਹਾਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਕਿਸੇ ਵੀ ਕਰੈਕਟਰ ਦੇ ਵਿੱਚ ਵੜਨ ਲੱਗੇ, ਮਤਲਬ ਤੁਸੀਂ ਬਹੁਤ ਛੇਤੀ ਕਰੈਕਟਰ ਨੂੰ ਅਪਣਾ ਲੈਂਦੇ ਹੋ, ਇਹ ਮਤਲਬ ਸ਼ੌਂਕ ਸੀਗਾ ਐਕਟਿੰਗ ਦਾ ਜਾਂ ਫਿਰ ਇੱਦਾਂ ਦੀ ਇੱਕ ਨੈਚੁਰਲੀ ਚੀਜ਼ ਹੀ ਤੁਹਾਡੇ ਵਿੱਚ ਹੈ? ਮੈਨੂੰ ਲੱਗਦਾ ਇਹ ਰੱਬ ਵੱਲੋਂ ਹੀ ਹੈ ਜੀ ਚੀਜ਼ਾਂ, ਇਹ ਆਪਾਂ ਜੇ ਕਹਿ ਲਈਏ ਵੀ ਕੋਈ ਬੰਦਾ ਐਕਟਿੰਗ ਸਿੱਖ ਲਵੇ, ਇਹ ਚੀਜ਼ ਸਿੱਖਣ ਵਾਲੀ ਨਹੀਂ ਹੈ, ਇਹ ਅੰਦਰ ਹੀ ਹੁੰਦੀ ਚੀਜ਼। ਹਾਂਜੀ ਹਾਂਜੀ, ਤੁਸੀਂ ਜਿੰਨਾ ਕਿਸੇ ਜਿੰਨੇ ਕਿਰਦਾਰਾਂ ਨੂੰ ਆਪਣੇ ਅੰਦਰ ਤੁਸੀਂ ਅਬਜ਼ੋਰਵ ਕਰ ਲਓਗੇ ਨਾ, ਉਨੇ ਕਿਰਦਾਰ ਤੁਸੀਂ ਨਿਭਾ ਸਕੋਗੇ, ਮੈਨੂੰ ਐਂ ਲੱਗਦਾ। ਮੇਰੀ ਰਿਸ਼ਤੇਦਾਰੀ ਬਹੁਤ ਵੱਡੀ ਆ ਅਤੇ ਮੇਰੀਆਂ 7 ਭੂਆ 4 5 ਮੇਰੇ ਤਾਏ ਸੀ, ਬਹੁਤ ਬਹੁਤ ਸਕੀਆਂ, 4 ਮੇਰੇ 5 ਤਾਏ ਨੇ, 14-15 ਭੈਣ ਭਰਾ ਸੀ ਮੇਰੇ ਫਾਦਰ ਸਾਹਿਬ, ਅਤੇ ਮੇਰੇ ਫਾਦਰ ਸਾਹਿਬ ਸਭ ਤੋਂ ਛੋਟੇ। ਜਦੋਂ ਮੇਰੇ ਫਾਦਰ ਸਾਹਿਬ ਦਾ ਜਨਮ ਹੋਇਆ ਮੇਰੇ ਖਿਆਲ ਮੇਰੀ ਵੱਡੀ ਭੂਆ ਦੀ
ਨਿਆਣੇ ਵਿਆਹੁਣ ਵਾਲੇ ਹੋ ਗਏ ਸੀ ਜਦੋਂ ਫਾਰਾ ਦਾ ਜਨਮ ਹੋਇਆ ਮੇਰੇ ਨਾਲ ਤੇ ਹਾਂ ਬਹੁਤ ਵੱਡਾ ਟੱਬਰ ਰਿਹਾ ਬਹੁਤ ਵੱਡਾ ਟੱਬਰ ਮੇਰੇ ਦਾਦਾ ਜੀ ਲਾਹੌਰ ਨੌਕਰੀ ਕਰਨ ਜਾਂਦੇ ਹੁੰਦੇ ਸੀਗੇ ਬਿਆਸ ਤੋਂ ਚੜ੍ਹਦੇ ਸੀ ਟ੍ਰੇਨ 'ਤੇ ਲਾਹੌਰ ਜਾਂਦੇ ਸੀ ਅਤੇ ਲਾਹੌਰ ਤੋਂ ਲੈ ਕੇ ਜਲੰਧਰ ਤੱਕ ਜਿੰਨੇ ਨਹਿਰਾਂ 'ਤੇ ਜਾਂ ਦਰਿਆਵਾਂ 'ਤੇ ਪੁਲ ਬਣੇ ਨੇ ਨਾ ਲਾਲ ਗਾਡਰਾਂ ਵਾਲੇ ਉਹ ਸਾਰੇ ਮੇਰੇ ਬਜ਼ੁਰਗਾਂ ਦੇ ਉਦੋਂ ਵੱਡੇ ਇੰਜੀਨੀਅਰ ਸੀਗੇ ਉਹ ਅੰਗਰੇਜ਼ਾਂ ਵੇਲੇ ਤੁਸੀਂ ਇੱਦਾਂ ਖਾਨਦਾਨ ਸੀ ਤੋਂ ਕਈ ਕਰੈਕਟਰ ਵੇਖਣ ਨੂੰ ਮਿਲਦੇ ਸੀਗੇ ਤੁਸੀਂ ਲਾਓ ਵੀ 15 ਤਾਂ ਮੇਰੇ ਭੂਆ ਅਤੇ ਤਾਏ ਚਾਚੇ ਹੀ ਸੀਗੇ ਉਹਨਾਂ ਦੇ ਗਾਂਹ 5-5 7-7 8-8 ਨਿਆਣੇ ਐਸਾ ਕੋਈ ਸ਼ਹਿਰ ਨਹੀਂ ਹੋਣਾ ਪੰਜਾਬ ਦਾ ਜਿੱਥੇ ਮੇਰੀ ਰਿਸ਼ਤੇਦਾਰੀ ਹੈ ਨਹੀਂ ਗੀ ਕੋਈ ਪਿੰਡ ਨਹੀਂ ਹੋਣਾ ਅੱਧਾ ਮੈਲਬਨ ਮੇਰਾ ਰਿਸ਼ਤੇਦਾਰ ਆ ਉੱਥੇ ਮੈਂ ਉਹੀ ਦੱਸੀ ਜਾਂਦਾ ਵੀ ਇੰਨੇ ਕਿਰਦਾਰ ਵੇਖਣ ਨੂੰ ਮਿਲੇ ਨੇ ਹਾਂ ਫਿਰ ਦੱਸਣਾ ਹੀ ਹੁੰਦਾ ਭਾਜੀ ਚਾਚਾ ਬਣਨਾ ਤੇ ਚਾਚਾ ਕਿਹੜਾ ਬਣਨਾ ਉਹ ਬਣਨਾ ਤਾਇਆ ਬਣਨਾ ਕਿਹੜਾ ਬਣਨਾ ਤਾਇਆ ਸੋ ਕਰੈਕਟਰ ਅੰਦਰ ਹੋਣੇ ਚਾਹੀਦੇ ਕਰੈਕਟਰਸ 'ਤੇ ਕੰਮ ਕਰਨਾ ਪੈਂਦਾ ਪਹਿਲਾਂ ਉਹ ਕਰੈਕਟਰਸ 'ਤੇ ਵਰਕ ਕਰੋ ਇਹ ਉਹ ਹਾਲ ਹੈ ਵੀ ਰਜਨੀ ਕੱਪੜਾ ਵੇਖਣਾ ਜੀ ਸਮਝ ਲਓ ਰੂਪੀ ਉੱਥੇ ਅਤੇ 10 ਥਾਨ ਨਹੀਂ ਖੋਲਦੇ ਤੇ ਭੈਣ ਜੀ ਆਹ ਵੀ ਵੇਖੋ ਭੈਣ ਜੀ ਆਹ ਵੀ ਵੇਖੋ ਉਹ ਹਾਲ ਹੈ ਵੀ ਕਿਹੜਾ ਕਰੈਕਟਰ ਕਰਨਾ ਦੱਸ ਆਹ ਕਰਨਾ ਲੈ ਹੁਣ ਕਰ ਦਿੰਦੇ ਉਹ ਆ ਕਰੈਕਟਰਸ ਨੂੰ ਪੜ੍ਹਨਾ ਪੈਂਦਾ ਪਹਿਲਾਂ ਮੈਮ ਤੁਸੀਂ ਜੇ ਅੱਜ ਐਕਟਰ ਨਾ ਹੁੰਦੇ ਤਾਂ ਕੀ ਹੁੰਦੇ ਮੇਰਾ ਲਾਸਟ ਸਵਾਲ ਹੈ ਮੈਨੂੰ ਲੱਗਦਾ ਪਹਿਲਾਂ ਤਾਂ ਮੈਨੂੰ ਸੀਗਾ ਮੈਂ ਪੁਲਿਸ ਅਫਸਰ ਬਣ ਜਾਂ ਫਿਰ ਸੀ ਮੈਂ ਨਰਸ ਬਣ ਜਾਂ ਪਰ ਸਭ ਤੋਂ ਘੱਟ ਪੜ੍ਹਾਈ ਵਾਲਾ ਜਿਹੜਾ ਹੋਊਗਾ ਇਸ ਟਾਈਮ ਮੈਨੂੰ ਲੱਗਦਾ ਮਤਲਬ ਜਿੱਥੇ ਮੈਨੂੰ ਲੱਗਦਾ ਵੀ ਘੱਟ ਪੜ੍ਹਾਈ ਕਰਨੀ ਹੁੰਦੀ ਮਤਲਬ ਮੈਂ ਫਲਾਈਟ ਅਟੈਂਡੈਂਟ ਬਣ ਜਾਂਦੀ ਕਿਉਂਕਿ ਮੈਂ ਕੋਸ਼ਿਸ਼ ਵੀ ਕੀਤੀ ਸੀ ਜਿੱਥੇ ਘੱਟ ਮਤਲਬ ਮਿਹਨਤ ਕਰ ਚਲੋ ਉਹਦੀ ਵੀ ਜਦੋਂ ਉੱਥੇ ਵੰਸ ਤੁਸੀਂ ਉੱਥੇ ਪਹੁੰਚ ਜਾਂਦੇ ਹੋ ਡੇਂਜਰਸ ਕੰਮ ਆ ਸੋਰੀ ਬਟ ਮਿਹਨਤ ਵੀ ਉਹਦੇ 'ਤੇ ਬਹੁਤ ਲੱਗਦੀ ਹੈ ਬਟ ਮੈਨੂੰ ਲੱਗਦਾ ਮੈਂ ਆਲਸੀ ਬਹੁਤ ਸੀ ਸੋ ਮੈਨੂੰ ਲੱਗਦਾ ਨਰਸਿੰਗ ਮੇਰੇ ਤੋਂ ਫਿਨਿਸ਼ ਨਹੀਂ ਹੋਣੀ ਸੀ ਅਤੇ ਫਿਰ ਮੈਂ ਫਲਾਈਟ ਅਟੈਂਡੈਂਟ ਅਪਲਾਈ ਕਰ ਦਿੰਦੀ ਬਾਅਦ 'ਚੋਂ ਜਿਹੜੀ ਉਹ ਫਿਜ਼ੀਕਲੀ ਜਿਹੜਾ ਸਾਰਾ ਕੁਝ ਕਰਨਾ ਹੁੰਦਾ ਉਹ ਮੈਂ ਕਰ ਦਿੰਦੀ ਪਰ ਪੜ੍ਹਾਈ ਮੈਨੂੰ ਲੱਗਦਾ ਮੇਰੇ ਤੋਂ ਨਹੀਂ ਹੋਣੀ ਫਲਾਈਟ ਅਟੈਂਡੈਂਟ ਵਾਸਤੇ ਕਿੰਨੀ ਪੜ੍ਹਾਈ ਚਾਹੀਦੀ ਹੁੰਦੀ ਹੈ ਉਹਦੇ ਲਈ ਮੈਂ ਇੱਕ ਵਾਰੀ ਕੋਸ਼ਿਸ਼ ਵੀ ਕੀਤੀ ਸੀ ਉਹ ਕਹਿੰਦੇ ਸੀ ਮਤਲਬ 12ਵੀਂ ਪਾਸ ਹੋ ਜਾਓ 12ਵੀਂ ਉਹ ਤੋਂ ਵੀ ਥੱਲੇ ਵਾਲਾ ਕੰਮ ਹੈਗਾ ਇੱਕ ਕਿਹੜਾ ਐਕਟਿੰਗ ਮੈਂ 9ਵੀਂ ਫੇਲ ਇੱਕ ਹੋਰ ਬੈਠਾ ਆਪਣੇ ਕੋਲ 10ਵੀਂ ਫੇਲ ਉਹ ਅੰਮ੍ਰਿਤ ਸੱਚੀ ਅੰਮ੍ਰਿਤ 10ਵੀਂ ਫੇਲ ਅੰਮ੍ਰਿਤ ਅੱਛਾ ਕਾਗਜ਼ਾਂ 'ਚ ਉਹ ਕਹਿੰਦਾ ਬੇਇੱਜ਼ਤੀ ਨਾ ਹੋਵੇ ਮਾਮਾ ਕੈਮਰੇ ਤੇ ਨਹੀਂ ਆ ਰਿਹਾ ਹਾਂਜੀ ਪਰ ਨਹੀਂ ਜੀ ਫਲਾਈਟ ਅਟੈਂਡੈਂਟ ਦੀ ਵੀ ਜੋਬ ਬਹੁਤ ਔਖੀ ਆ ਪਰ ਪੜ੍ਹਾਈ ਉਹ ਨਹੀਂ ਕਰ ਸਕਦੀ ਮੈਨੂੰ ਲੱਗਦਾ ਜਿੱਥੇ ਤੱਕ ਮੈਨੂੰ ਕੀ ਪਤਾ ਬਦਲ ਗਿਆ ਹੋਵੇ ਹੁਣ ਪਰ ਮੈਂ ਪਤਾ ਕੀਤਾ ਜੀ ਵੀ ਸਭ ਤੋਂ ਘੱਟ ਪੜ੍ਹਾਈ ਕਿੱਥੇ ਕਰਾਂ ਜੀ ਅਤੇ ਤੁਸੀਂ ਕਹਿ ਰਹੇ ਹੋ ਪੁਲਿਸ ਅਫਸਰ ਵੀ ਬਣ ਸਕਦੇ ਸੀ ਹੈ ਨਾ ਪਰ ਐਕਸ਼ਨ ਚੀਜ਼ਾਂ ਤੁਹਾਨੂੰ ਪਸੰਦ ਨਹੀਂ ਸੀ ਨਹੀਂ ਜੇ ਪੁਲਿਸ ਵਾਲੀ ਬਣ ਜਾਂਦੀ ਜਿਹੜੇ ਥਾਣੇ 'ਚ ਇਹਨੇ ਇੰਚਾਰਜ ਨੂੰ ਉੱਥੇ ਕੋਈ ਮੁਕੱਦਮਾ ਦਰਜ ਨਹੀਂ ਸੀ ਹੋਣਾ ਉਹਨਾਂ ਹੱਥ ਜੋੜੇ ਕਹਿੰਦੇ ਕਹਿੰਦੇ ਇਹਨਾਂ ਨੂੰ ਜਾਣ ਦਿਓ ਆਪਾਂ ਛੁੱਟੀ ਕਰਦੇ ਹਾਂ ਆਪਾਂ ਦਿਲਾਂ 'ਚ ਬ੍ਰੇਕ ਕਰਦੇ ਹਾਂ ਤੁਸੀਂ ਜਾਓ ਭੁੱਖ ਲੱਗੀ ਸਾਨੂੰ ਅਤੇ ਜਾਂਦੇ ਜਾਂਦੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਅਪੀਲ ਇਹੀ ਹੈ ਜੀ ਕਿ ਬੜੀ ਮਿਹਨਤ ਨਾਲ ਬੜੀ ਸ਼ਿੱਦਤ ਨਾਲ ਫਿਲਮ ਬਣਾਈ ਹੈ ਇਹ ਸਾਰੀ ਟੀਮ ਨੇ ਇਸ ਫਿਲਮ ਦੇ ਪ੍ਰੋਡਿਊਸਰ ਜਿਹੜੇ ਕਰਨ ਜੀ ਨੇ ਕਰਨ ਔਰ ਅਮਰ ਹੁੰਦਲ ਬਲਜੀਤ ਭਾਅ ਜੀ ਹੋਰ ਵੀ ਜਿਹੜੀ ਟੀਮ ਹੈ ਜੀ ਜਸ ਬਾਜਵਾ ਭਾਅ ਜੀ ਹੋ ਗਏ ਯੋਗਰਾਜ ਜੀ ਮੈਂ ਸਾਰਿਆਂ ਨਾਂ ਨਹੀਂ ਲੈ ਸਕਦਾ ਬਹੁਤ ਲੰਬਾ ਰਹਿਣਾ ਬਟ ਸਾਰਿਆਂ ਵੱਲੋਂ ਇਹ ਸਾਡੇ ਅਪੀਲ ਹੈ ਕਿ ਤੁਸੀਂ 30 ਤਰੀਕ ਨੂੰ 30 ਅਗਸਤ 2024 ਨੂੰ ਰਿਲੀਜ਼ ਹੋ ਰਹੀ ਸਿਨੇਮਾ ਘਰਾਂ 'ਚ ਵਰਲਡ ਵਾਈਡ ਇਹ ਫਿਲਮ ਜ਼ਰੂਰ ਵੇਖਣ ਜਾਓ ਆਪਣੇ ਬੱਚਿਆਂ ਨੂੰ ਖਾਓ ਤੁਸੀਂ ਵੀ ਡੇਟ ਲੌਕ ਕਰ ਲਓ 30 ਅਗਸਤ ਮੂਵੀ ਆ ਰਹੀ ਹੈ ਬੀਬੀ ਰਜਨੀ ਅਤੇ ਸਾਰੇ ਆਪਣੇ ਪਰਿਵਾਰ ਨਾਲ ਦੇਖਣ ਜਾਇਓ ਧੰਨਵਾਦ